ਬੰਦੇ ਨੂੰ ਜਿਹੜਾ ਜੀ ਮੌਕੇ ਤੇ ਗ੍ਰਿਫਤਾਰ ਕਰ ਲਿਆ ਵਾ ਬਾਈ ਹੋਰ ਹੁਣ ਅੰਦਰ ਜਾਂਦੇ ਪਏ ਨੇ। ਔਜ਼ਾਰ ਵਗੈਰਾ ਜਿਹੜੇ ਇੰਨਾ ਉਹ ਕਹਿੰਦੇ ਨੇ ਵੀ ਤੁਸੀਂ ਲਈ ਜਾਓ ਤੇ ਮੈਂ ਫਿਰ ਜਿਹੜਾ ਨਾ ਤੁਹਾਡੇ ਪਿੱਛੇ ਆ ਰਿਹਾ। ਮੈਂ ਕੁਛ ਸਮਾਨ ਚਾਹੀਦਾ ਜਿਹਦੇ ਨਾਲ ਉਹ ਨਾਲੀਆਂ ਚੁੱਕਣੀਆਂ ਨੇ ਔਰ ਉਹ ਹੈਗੀਆਂ ਨੇ ਨਾਲੀਆਂ ਜਿਹੜੇ ਪੈਪ ਨਹੀਂ ਹੁੰਦੇ ਉਹ ਮਤਲਬ ਪੁਰਾਣੇ ਪੈਪ ਇਹਨਾਂ ਕੋਲ ਹੁੰਦੇ ਨੇ ਤਕਰੀਬਨ 40-50 ਫੁੱਟ ਦੀ ਲੈਂਥ 'ਚ ਉਹ ਜੋੜ ਕੇ ਅਤੇ ਹੇਠਾਂ ਜਾ ਕੇ ਇਹਨਾਂ 'ਤੇ ਪੈਪ ਚੁੱਕਣਾ ਹੁੰਦਾ। ਉਹ ਹੁਣ ਲੈਣ ਗਿਆ ਵਾ ਪਰ ਹਥਿਆਰ ਦਿੰਦਾ ਵਾ ਮੈਨੂੰ ਪਿੱਛੇ ਨਾਲੀਆਂ ਲੈ ਕੇ ਆਏਗਾ ਔਰ ਉਹ ਅਸੀਂ ਜਾ ਕੇ ਚੁੱਕਾਂਗੇ। ਅੱਜ ਧੁੱਪ ਜਿਹੜੀ ਹੈ ਨਾ ਕੋਈ ਐਡੀ ਤੇਜ਼ ਨਹੀਂ ਹੈ ਲੇਕਿਨ ਉਮੀਦ ਹੈ ਕਿ ਚੱਲ ਜਾਏਗਾ ਥੋੜ੍ਹੀ ਦੇਰ ਤੀਕਰ ਸ਼ਾਇਦ ਧੁੱਪ ਜਿਹੜੀ ਹੈ ਨਾ ਕੋਈ ਨਿਕਲ ਆਵੇ। ਹਾਲੇ ਤਾਂ ਬੋਲੀ ਬੋਲੀ ਜੀ ਧੁੱਪ ਬੋਲੀ ਬੋਲੀ ਅਸੀਂ ਕਹਿੰਦੇ ਹਾਂ ਜਿਹੜੀ ਮੱਧਮ ਹੋਵੇ। ਖੁਸ਼ ਆਮਦੀਦ ਮਾਸ਼ਾਅੱਲਾ ਮਾਸ਼ਾਅੱਲਾ। ਉੱਠੀ ਬੈਠੇ ਹੋ ਤੂੰ ਬੇਟਾ ਮੂੰਹ ਹੱਥ ਧੋ ਲਿਆ ਕਰੋ ਨਾ। ਮਿਸਤਰੀ ਦਾ ਜਿਹੜੇ ਇੰਨਾ ਔਜ਼ਾਰ ਮੈਂ ਲੈ ਆਇਆ ਵਾਂ ਉਹ ਨਾਲੀਆਂ ਸ਼ਾਲੀਆਂ ਲੈ ਕੇ ਆਉਂਦਾ ਪਿਆ ਵਾ। ਨਾਸ਼ਤਾ ਨੁਸ਼ਤਾ ਕਰ ਲੈਂਦੇ ਉਹਨੂੰ ਦੇਰ ਉਹ ਵੀ ਆ ਜਾਂਦਾ ਅਤੇ ਫਿਰ ਜਿਹੜਾ ਨਾ ਬਾਹਰ ਜਾ ਕੇ ਅੱਜ ਪੰਪ ਚਲਵਾ ਕੇ ਔਰ ਅੱਜ ਕੰਮ ਵੀ ਆਪਾਂ ਜਿਹੜਾ ਨਾ ਇਨਸ਼ਾਅੱਲਾ ਉੱਤੇ ਕਰਨਾ ਵਾ। ਉਮੀਦ ਤਾਂ ਹੈ ਕਿ ਆਪਾਂ ਕਾਫੀ ਹੱਦ ਤੀਕ ਹੀ ਅੱਜ ਜਿਹੜਾ ਕੰਮ ਮੁਕਾ ਦੇਣਾ ਵਾ ਲੇਕਿਨ ਆਹਿਸਤਾ ਆਹਿਸਤਾ ਆਪਾਂ ਲੱਗੇ ਰਹਿਣਾ ਵਾ। ਆਪਾਂ ਸਾਰਾ ਕੰਮ ਜਿਹੜਾ ਨਾ ਜੀ ਮੁਕੰਮਲ ਕਰਨਾ ਵਾ। ਹੁਣ ਮਾਡਾ ਉਸਦਾ ਛੱਡਣਾ ਨਹੀਂ ਆਪਾਂ ਨੂੰ ਇਨਸ਼ਾਅੱਲਾ। ਬਾਕੀ ਲਾਮੇ ਵੀ ਤਾਂ ਖਰਚੇ ਕਾਫੀ ਸਾਰੇ ਕੀਤੇ ਹੀ ਇੰਨਾ ਉਹ ਵਾਲਾ ਖਰਚਾ ਉੱਥੇ ਕਰਕੇ ਨਾ ਇੱਕ ਵਾਰੀ ਵੇਖ ਲੈਂਦੇ ਹਾਂ। ਨਾਸ਼ਤਾ ਹਾਲੇ ਸਾਡਾ ਤਿਆਰ ਨਹੀਂ ਹੋਇਆ ਜੀ ਲੇਕਿਨ ਬਾਈ ਹੋਰੀ ਜਿਹੜੇ ਇੰਨਾ ਉਹ ਆ ਗਏ ਨੇ। ਪਹਿਲੇ ਜਿਹੜਾ ਨਾ ਬਾਹਰ ਵਾਲਾ ਕੰਮ ਜਿਹੜਾ ਨਾ ਜਾ ਕੇ ਕਰਵਾਉਂਦੇ ਹਾਂ ਔਰ ਉਸ ਤੋਂ ਬਾਅਦ ਹੀ ਫਿਰ ਆ ਕੇ ਨਾਸ਼ਤਾ ਕਰਾਂਗੇ। ਚਲੋ ਜੀ ਬਾਈ ਜੀ ਅੱਲਾ ਵਾਰੇ ਸਾਜੋ ਬਾਈ ਹੋਰੀ ਪਿੱਛੇ। ਮੈਕਸੀਮਮ ਆਪਣੀ ਕਿਤਨੀ ਦੇਰ ਲੱਗੀ ਸੀ? ਘੰਟਾ ਕੁ ਲੱਗ ਜਾਏਗਾ। ਘੰਟੇ ਤੀਕ ਉਮੀਦ ਹੈ ਚੱਲ ਜਾ ਸੀ। ਪੰਪ ਵੀ ਨਹੀਂ ਸੀ ਚੱਲਦਾ ਪਿਆ ਨਾ ਪਤਾ ਨਹੀਂ ਹੁਣ ਕੱਲ੍ਹ ਕਰੰਟ ਥੋੜ੍ਹਾ ਸੀ ਉਹਨੂੰ ਜਾਂ ਵੈਸੇ ਅੱਗੇ ਤਰ੍ਹਾਂ ਜਾਮ ਸੀ ਇਹ ਪਤਾ ਨਹੀਂ। ਹਾਂ ਉਹ ਵੀ ਵੇਖਣਾ ਤੇ ਬਾਕੀ ਤੁਸੀਂ ਇਹ ਪੰਪ ਇਹ ਵਿੱਚੇ ਹੀ ਖੜਾ ਹੈ। ਹਾਂ ਵਿੱਚੇ ਹੀ ਹੈ ਉਹ ਇੱਥੇ ਆਪਾਂ ਯਾਰ ਪਤਾ ਲੱਗ ਗਿਆ ਸੀ ਅੱਜ ਜਿਵੇਂ ਆਉਂਦਾ ਨਾ ਦੂਸਰੀ ਛੋਟੀਆਂ ਪਲੇਟਾਂ ਲੈ ਕੇ ਉਸ ਵੱਡੀ ਲੈਂਦੀ ਨਾ ਪਲੇਟ ਉਹਦਾ ਆਉਂਦਾ ਕਰੰਟ 24 ਵਾਟ ਕਿ ਪਤਾ ਨਹੀਂ ਕੀ ਰੋਲਾ ਹੈ ਉਹਦੇ ਤੇ ਨਾ ਘੱਟ ਪ੍ਰੈਸ਼ਰ ਮਾਰਦਾ ਪਾਣੀ। ਜਿਹੜੀਆਂ ਛੋਟੀਆਂ ਦੋ ਪਲੇਟਾਂ ਨਾ ਉਹ ਜ਼ਿਆਦਾ ਪ੍ਰੈਸ਼ਰ ਵਾਲੀਆਂ ਨੇ। ਹਾਂ ਉਹ ਕਨਵਰਟਰ ਜਿਹਾ ਲੱਗੇਗਾ ਨਾ ਤਾਂ ਉਹ ਕੰਮ ਚੱਲੇਗਾ ਅਤੇ ਜਿਹੜੀਆਂ ਛੋਟੀਆਂ ਨੇ ਉਹ ਸਿੱਧੀਆਂ ਸਿੱਧੀਆਂ 12 ਵੋਲਟ ਨੇ ਉਹ ਡਾਇਰੈਕਟ ਚਲਾਉਂਦੀਆਂ ਨੇ ਅਤੇ ਉਹਦੇ ਨਾਲ ਪ੍ਰੈਸ਼ਰ ਜ਼ਿਆਦਾ ਆਉਂਦਾ ਜ਼ੋਰ ਜ਼ਿਆਦਾ ਆਉਂਦਾ ਆਉਂਦਾ। ਬਾਈ ਹੋਰੀ ਜਿਹੜਾ ਨਾ ਜੀ ਆਪਣਾ ਕੰਮ ਪੇ ਸਟਾਰਟ ਕਰਦੇ ਨੇ ਹੁਣ ਇਹ ਪੈਪ ਜਿਹੜਾ ਨਾ ਬਾਹਰ ਕਢਾਉਂਦੇ ਆ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਨਾਲੀ ਬਾਹਰ ਕੱਢਣੀ ਹੈ ਜਿਹੜੀ ਥੱਲੇ ਡਿੱਗੀ ਹੈ ਫਿਰ ਜੋੜ ਲੱਗੇਗਾ ਔਰ ਉਸ ਤੋਂ ਬਾਅਦ ਚੱਲ ਜਾਏਗਾ। ਸਿਰਫ ਉਹ ਜੋੜ ਹੀ ਹੈ ਲੇਕਿਨ ਨਾਲੀ ਕੱਢਣੀ ਜਿਹੜੀ ਹੈ ਨਾ ਉਹ ਸਭ ਤੋਂ ਜ਼ਿਆਦਾ ਮਿਹਨਤ ਵਾਲਾ ਔਰ ਸਭ ਤੋਂ ਜ਼ਿਆਦਾ ਕਾਰੀਗਰੀ ਵਾਲਾ ਕੰਮ ਹੈ। ਇਸ ਤਰ੍ਹਾਂ ਹੀ ਨਾ ਕੱਲ੍ਹ ਅਸੀਂ ਵੀ ਕੱਢਦੇ ਰਹੇ ਹਾਂ ਅਤੇ ਇੰਝ ਹੀ ਇਹ ਨਿਕਲਦਾ ਵੀ ਹੈ। ਚੱਲ ਹੁਣ ਪਰ ਨਿਕਲ ਜਾ ਸੀ ਹੋਰ ਕੱਢੋ ਤੂੰ ਪੈਪ ਤੁਸੀਂ ਅਤੇ ਥੱਲੂ ਜਿਹੜਾ ਨਾ ਜੀ ਜਦੋਂ ਥੋੜ੍ਹਾ ਜਿਹਾ ਡੀਂਗਾ ਹੋਇਆ ਇਹਨਾਂ ਦਾ ਥੱਲੇ ਵਾਲੇ ਜਿਹੜਾ ਪੈਪ ਹੈ ਇਹ ਨਹੀਂ ਟੁੱਟਦਾ ਉਤਲਾ ਇਹ ਤਾਂ ਕਾਫੀ ਜ਼ਿਆਦਾ ਪੈਪ ਜਿਹੜਾ ਨਾ ਫਲੈਕਸੀਬਲ ਜਿਹਾ ਹੁੰਦਾ ਲੇਕਿਨ ਉਹ ਥੱਲੇ ਵਾਲਾ ਪੈਪ ਜਿਹੜਾ ਨਾ ਉਹ ਹਾਰਡ ਹੁੰਦਾ ਇਸ ਵਜ੍ਹਾ ਤੋਂ ਇਹ ਉਤਾਂ ਹੀ ਨਿਕਲਣਾ ਵਾ ਬਸ ਉਹ ਥੱਲੇ ਵਾਲਾ ਹੀ ਜਾਂਦਾ ਹੀ ਆ ਵੇਖ ਇਸ ਤੋਂ ਥੱਲੇ ਟੁੱਟ ਗਈ ਉਹਠਾ ਇਹ ਯਾਰ ਇਹਨਾਂ ਨੂੰ ਬਣਾਉਣੇ ਤਾਂ ਇਸ ਤਰ੍ਹਾਂ ਦੇ ਚਾਹੀਦੇ ਹਨ ਵੀ ਇਹ ਥੱਲੇ ਖੜੇ ਰਹਿਣ ਤੇ ਜਾਮ ਨਾ ਹੋਵੇ ਜਾਂ ਇਹ ਮਤਲਬ ਇਸ ਤਰ੍ਹਾਂ ਦਾ ਪੰਪ ਆਏ ਨੇ ਹਾਂ ਇੱਥੇ ਲੱਗਿਆ ਥੱਲੇ ਵਾਲਾ ਥੱਲੇ ਲੱਗਿਆ ਬਿਲਕੁਲ ਸਾਫ਼ ਸੁਥਰਾ ਵਿੱਚ ਹੁੰਦੇ ਉਹ ਗੈਪ ਵੀ ਨਹੀਂ ਹੈ ਜਿਹੜਾ ਵਰਮਾ ਨਜ਼ਰ ਆਉਂਦਾ ਪਿਆ ਉਹਦਾ ਨਜ਼ਰ ਵੀ ਨਹੀਂ ਆਉਂਦਾ ਇਹ ਹੁਣ ਜਿੱਥੋਂ ਨਜ਼ਰ ਆਉਂਦਾ ਪਿਆ ਨਾ ਤੂੰ ਫਿਰਦਾ ਹੈ ਉੱਥੇ ਜੰਗ ਦੀ ਵਜ੍ਹਾ ਤੋਂ ਪਾਣੀ ਦੀ ਨਮੀ ਦੀ ਵਜ੍ਹਾ ਤੋਂ ਹਾਂ ਉਹ ਪੰਪ ਬੜੇ ਬਿਹਤਰੀਨ ਹੈ। ਮੈਨੂੰ ਬਾਈ ਹੋਰਾਂ ਨੇ ਆਖਿਆ ਸੀ ਕਿ ਮਾਚਿਸ ਜਿਹੜੀ ਹੈ ਨਾ ਉਹ ਲੈ ਕੇ ਆ ਅੱਗ ਬਾਲਣੀ ਆ ਤੇ ਮੈਂ ਮਾਚਿਸ ਹਾਲੇ ਲੈ ਕੇ ਆਇਆ ਤੇ ਮੇਰੇ ਆਉਣ ਤੋਂ ਪਹਿਲਾਂ ਹੀ ਜਿਹੜਾ ਨਾ ਜੀ ਅੱਗ ਬਲੀ ਪਈ ਆ
ਇਹ ਉਹਨਾਂ ਕੋਲ ਮੈਂ ਪੁੱਛਿਆ ਤੇ ਕਹਿੰਦਾ ਬਾਈ ਜੀ ਬਗੈਰ ਮਾਚਸ ਬਗੈਰ ਲੈਟਰ ਦੇ ਮੈਂ ਅੱਗ ਬਾਲੀ ਆ। ਮੈਂ ਕਿਹਾ ਯਾਰ ਇਹ ਤਾਂ ਬਹੁਤ ਪੁਰਾਣੇ ਵਕਤਾਂ ਦੀ ਕੋਈ ਗੱਲ ਹੈ, ਉਦੋਂ ਮਾਚਸਾਂ ਤੇ ਲੈਟਰਾਂ ਨਹੀਂ ਸੀ ਹੁੰਦੀਆਂ, ਉਸ ਟਾਈਮ ਅੱਗਾਂ ਇਸ ਤਰ੍ਹਾਂ ਬਾਲਦੇ ਸੀ ਲੋਕ, ਤੇ ਤੂੰ ਕਿਸ ਤਰ੍ਹਾਂ ਬਾਲੇ ਨਾ ਤੇ ਇੱਥੇ ਉਸ ਤਰ੍ਹਾਂ ਦਾ ਕੋਈ ਪੱਥਰ ਹੈ ਜਿਹਨੂੰ ਰਗੜ ਕੇ ਅੱਗ ਬਾਲੀ ਜਾ ਸਕਦੀ, ਕੀ ਨਿਜ਼ਾਮ ਬਣਾਇਆ? ਕਹਿੰਦਾ ਜੀ ਮੈਂ ਤੁਹਾਨੂੰ ਦੱਸਣਾ ਵਾ, ਪਹਿਲੇ ਮੈਨੂੰ ਕੰਮ ਕਰ ਲੈਣ ਦੇ। ਫਿਲਹਾਲ ਜੀ ਹੁਣ ਜਿਹੜਾ ਨਾ ਕੰਮ ਇੱਕ ਵਾਰੀ ਕਰ ਲਵੇ, ਉਹ ਨਾਲੀਆਂ ਦਾ ਜਿਹੜਾ ਨਾ ਜੋੜ ਲਾਉਂਦਾ ਪਿਆ, ਜਿਹੜੀਆਂ ਨਾਲੀਆਂ ਥੱਲੇ ਲਿਜਾ ਕੇ ਨਾ ਤੇ ਦੂਸਰੀਆਂ ਨਾਲੀਆਂ ਅਸੀਂ ਚੁੱਕਣੀਆਂ ਨੇ ਨਾ ਉਹਨਾਂ ਦਾ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਜਿਹੜਾ ਨਾ ਇਹ ਅੱਗ ਬਾਲ ਕੇ ਵਿਖਾਵਾਂਗੇ ਕਿ ਬਗੈਰ ਮਾਚਸ ਔਰ ਬਗੈਰ ਲੈਟਰ ਦੇ ਅੱਗ ਕਿਸ ਤਰ੍ਹਾਂ ਬਲਦੀ ਹੈ। ਬਾਈ ਸਾਹਿਬ ਸ਼ੀਸ਼ੇ ਦੀ ਮਦਦ ਨਾਲ ਨਾ ਬੋਰ ਦੇ ਥੱਲੇ ਨਜ਼ਰ ਮਾਰਦੇ ਪਏ ਨੇ ਕਿ ਪੈਪ ਜਿਹੜਾ ਨਾ ਕਿੱਥੇ ਪਿਆ, ਔਰ ਸ਼ੀਸ਼ੇ ਦੀ ਵਜ੍ਹਾ ਨਾਲ ਥੱਲੇ ਨਜ਼ਰ ਆ ਜਾਏਗਾ ਨਾ। ਇਸ ਤਰ੍ਹਾਂ ਪੈਪ ਜਿਹੜੇ ਨੇ ਜੀ ਥੱਲੇ ਲਿਜਾਵਾਂਗੇ, ਸਾਰਿਆਂ ਦੇ ਜੋੜ ਬਣ ਗਏ ਨੇ, ਉੱਤੋਂ ਜੋੜ ਲਾਉਂਦੇ ਜਾਵਾਂਗੇ ਔਰ ਥੱਲੇ ਥੱਲੇ ਲੈ ਕੇ ਇਹਨਾਂ 'ਤੇ ਫਿਰ ਇਹਨੂੰ ਖਿੱਚ ਲਵਾਂਗੇ ਉੱਤੇ। ਇੰਜੀ ਹੈ ਨਾ ਜੀ? ਇਸ ਤਰ੍ਹਾਂ ਪੈਪ ਸਾਰੇ ਜਿਹੜੇ ਨੇ ਜੀ ਜੋੜ ਲਾ ਕੇ ਥੱਲੇ ਭੇਜਾਂਗੇ। ਇੱਕ ਪੈਪ ਜਿਹੜਾ ਨਾ ਜੀ ਉਹ ਬਾਰ ਬਾਰ ਜੋੜ ਲਾਉਂਦਿਆਂ ਹੋਇਆ ਟੁੱਟਦਾ ਪਿਆ ਸੀ, ਅਤੇ ਉਹ ਕਹਿੰਦਾ ਜੀ ਮੈਂ ਇੱਕ ਪੈਪ ਜਿਹੜਾ ਨਾ ਹੋਰ ਲਈ ਆਵਾਂ, ਇਹ ਵਾਲਾ ਪੈਪ ਸਹੀ ਨਹੀਂ ਹੈ। ਉਹ ਹੁਣ ਪੈਪ ਲੈਣ ਵਾਸਤੇ ਘਰ ਗਿਆ ਜੀ, ਔਰ ਮੈਂ ਆਉਂਦਾ ਇੱਥੇ ਜਿਹੜਾ ਨਾ ਵੇਟ ਕਰਦਾ ਪਿਆ। ਉੱਥੇ ਧੁੱਪ ਜ਼ਿਆਦਾ ਸੀ, ਇੱਥੇ ਆ ਕੇ ਨਾ ਇਹ ਛੋਟਾ ਜਿਹਾ ਦਰਖਤ ਲਾਇਆ ਨਾ, ਇਹਦੇ ਥੱਲੇ ਬੈਠਾ ਹੋਇਆ। ਸਕੂਨ ਮਾਹੌਲ ਹੈ, ਧੁੱਪ ਨਹੀਂ ਲੱਗਦੀ, ਗਰਮੀ ਤਾਂ ਲੱਗਦੀ ਪਈ, ਪਸੀਨਾ ਆਉਂਦਾ ਪਿਆ, ਲੇਕਿਨ ਧੁੱਪ ਜਿਹੜੀ ਹੈ ਨਾ ਉਹ ਨਹੀਂ ਲੱਗਦੀ ਪਈ। ਜਿਵੇਂ ਵੱਡਾ ਹੋ ਜਾਏਗਾ ਨਾ, ਇਹ ਤਕਰੀਬਨ 2-3 ਮੰਜੀਆਂ ਦੀ ਜਗ੍ਹਾ ਜਿਹੜੀ ਹੈ ਨਾ ਉਹ ਬਣਾਏਗਾ। ਬੜਾ ਸਕੂਨ ਆਏਗਾ ਜਦੋਂ ਇਹ ਥੋੜ੍ਹਾ ਜਿਹਾ ਉੱਤੇ ਹੋ ਜਾਏਗਾ, ਕਿਉਂਕਿ ਇਹਨੇ ਛੱਤਰੀ ਤਰ੍ਹਾਂ ਬਣਨਾ ਵਾ ਇਹਨੇ। ਬਾਈ ਸਾਹਿਬ ਉਰੀ ਆ ਗਏ ਨੇ ਜੀ, ਦੁਬਾਰਾ ਤੋਂ ਸ਼ੁਰੂ ਕਰਨੇ ਆ ਕੰਮ। ਇੱਕ ਵਾਰੀ ਨਾ ਅੱਗੇ ਅਸੀਂ ਪੈਪ ਬਿਲਕੁਲ ਉਤਾਂ ਤਿੱਕਰ ਲੈ ਕੇ ਆਏ ਹਾਂ, ਲੇਕਿਨ ਜਦੋਂ ਪਕੜਨ ਲੱਗਿਆ ਨਾ ਹੱਥ ਨਾਲ ਉਹ ਫਿਰ ਥੱਲੇ ਨਿਕਲ ਗਿਆ। ਹੁਣ ਦੁਬਾਰਾ ਜਿਹੜਾ ਨਾ ਫਿਰ ਨਾਲੀਆਂ ਨੂੰ ਜੋੜ ਕੇ ਅਤੇ ਫਿਰ ਥੱਲੇ ਲੈ ਕੇ ਜਾਂਦੇ ਪਏ, ਕਿਉਂਕਿ ਇੱਕ ਨਾਲੀ ਜਿਹੜੀ ਹੈ ਨਾ ਉਹ ਖਰਾਬ ਹੈ ਥੋੜ੍ਹੀ ਜੀ, ਉਹ ਬਾਰ ਬਾਰ ਤੰਗ ਕਰਦੀ ਪਈ ਹੈ। ਫਿਲਹਾਲ ਤਾਂ ਅੱਗੇ ਫੋਨ ਆਇਆ ਕਿ ਨਾਸ਼ਤਾ ਕਰ ਜਾ ਪਾਪਾ, ਮੈਂ ਕਿਹਾ ਯਾਰ ਕੰਮ ਜਿਹੜਾ ਨਾ ਮੁਕੰਮਲ ਹੋ ਲਵੇ, ਔਰ ਉਸ ਤੋਂ ਬਾਅਦ ਹੀ ਫਿਰ ਆ ਕੇ ਇੱਕ ਵਾਰੀ ਨਾਸ਼ਤਾ ਕਰਾਂਗੇ। ਧੁੱਪ ਆ ਜਿਹੜੀ ਕੋਈ ਨਹੀਂ ਖਾਸ ਨਿਕਲਦੀ ਪਈ, ਪੰਪ ਤਾਂ ਵੈਸੇ ਕੰਮ ਹੋ ਜਾਵੇ, ਅਗਰ ਧੁੱਪ ਨਿਕਲ ਆਈ ਤਾਂ ਫਿਰ ਤਾਂ ਕੰਮ ਸਾਡਾ ਸਟਾਰਟ ਹੋਏਗਾ, ਕਿਉਂਕਿ ਪੰਪ ਚੱਲੇਗਾ ਧੁੱਪ ਨਾਲ, ਔਰ ਅਗਰ ਧੁੱਪ ਨਾਲ ਨਿਕਲੀ ਤਾਂ ਫਿਰ ਕੰਮ ਸ਼ਾਇਦ ਨਾ ਸਟਾਰਟ ਹੋਵੇ। ਅਤੇ ਚਲੋ ਪੰਪ ਜਿਹੜਾ ਨਾ ਉਹ ਰੈਡੀ ਕਰਵਾ ਦਿਆਂਗੇ, ਉਹ ਰੈਡੀ ਹੋ ਜਾਏਗਾ ਨਾ ਤਾਂ ਉਸ ਤੋਂ ਬਾਅਦ ਫਿਰ ਟੈਨਸ਼ਨ ਕੋਈ ਨਹੀਂ ਹੋਈ। ਕੱਲ੍ਹ ਫਿਰ ਜਿਵੇਂ ਧੁੱਪ ਨਿਕਲੇਗੀ ਉਵੇਂ ਹੀ ਸੋਲਰ ਬਾਹਰ ਲਿਆ ਕੇ ਦਸਤੀ ਕੰਮ ਸ਼ੁਰੂ ਹੋ ਜਾਏਗਾ। ਹੁਣ ਵੀ ਹੋ ਸਕਦਾ ਸ਼ਾਇਦ 10 ਮਿੰਟਾਂ ਨੂੰ ਧੁੱਪ ਨਿਕਲ ਆਵੇ, ਸਹੀ ਅੱਧੇ ਘੰਟੇ ਨੂੰ ਨਿਕਲ ਆਵੇ। ਇੱਧਰ ਭਾਈ ਹੋਰੀ ਜਿਹੜਾ ਨਾ ਜੀ ਲੱਗੇ ਹੋਏ ਨੇ ਜੁਗਾੜ ਬਣਾਉਣ 'ਤੇ, ਇਹ ਜਿਹੜਾ ਪੀਲਾ ਜਿਹਾ ਪੈਪ ਹੈ ਨਾ ਆਪਣਾ ਗੁਲਾਬੀ ਜਿਹਾ, ਇਹੀ ਨਾਲੀ ਥੱਲੇ ਪਾਈ ਹੋਈ ਆ, ਇਹ ਨਾਲੀ ਥੱਲੇ ਵੀ ਤੰਗ ਕਰਦੀ ਪਈ ਆ, ਇਹ ਨਾਲੀ ਉੱਤੇ ਵੀ ਤੰਗ ਕਰਦੀ ਪਈ। ਇਹ ਵਾਲਾ ਗੁਲਾਬੀ ਜਿਹਾ ਜਿਹੜਾ ਪੈਪ ਹੈ ਨਾ ਜੀ, ਇਹ ਬਾਰ ਬਾਰ ਟੁੱਟਦਾ ਪਿਆ, ਬਾਕੀ ਕੋਈ ਪੈਪ ਨਹੀਂ ਟੁੱਟਦਾ, ਸਿਰਫ ਇਹ ਵਾਲਾ ਟੁੱਟਦਾ। ਲਓ ਜੀ ਪਹਿਲੇ ਤੁਹਾਨੂੰ ਨਾ ਅੱਗ ਬਾਲਣ ਦਾ ਤਰੀਕਾਕਾਰ ਜਿਹੜਾ ਨਾ ਸਮਝਾਉਂਦੇ ਆ। ਪਹਿਲੇ ਜਿਹੜਾ ਨਾ ਜੀ ਇੱਕ ਤੀਲਾ ਜਾਂ ਇੱਕ ਸੋਟੀ ਜੀ ਜਿਹੜੀ ਹੈ ਨਾ ਉਹਨੂੰ ਪੈਟਰੋਲ ਮਾਰਨਾ ਵਾ, ਗਿੱਲੀ ਹੋ ਜਾਏਗੀ, ਔਰ ਉਸ ਤੋਂ ਬਾਅਦ ਜਿਹੜੀ ਸਾਡਾ ਸਪਾਰਕਿੰਗ ਵਾਲਾ ਨਾ ਜੀ ਪਲੱਗ ਦੇ ਕੋਲੋਂ, ਇਹ ਅੱਗੇ ਵੀ ਇੰਨਾ ਖੱਪਿਆ ਕਿਆ ਬਾਤ ਹੈ ਜੀ, ਚੈੱਕ ਕਰੋ ਜੀ ਅੱਗ ਜਿਹੜੀ ਇੰਨਾ ਜਲ ਗਈ ਹੋਈ ਹੈ, ਬੁੱਝ ਗਈ। ਦੁਬਾਰਾ ਫਿਰ ਜਿਹੜਾ ਨਾ ਬਲਦੇ ਪਏ ਜੀ, ਪਹਿਲੇ ਜਾਂਦੀ ਜਾਂਦੀ ਉੱਥੇ ਜਾਂਦੀ ਜਾਂਦੀ ਨਾ
ਅੱਗ ਬੁਝ ਗਈ। ਅੱਗ ਜਿਹੜੀਆਂ ਨੇ ਜੀ ਜਲ ਗਈ ਹੋਈ ਹੈ, ਚੈੱਕ ਕਰੋ, ਬਗੈਰ ਮਾਚਿਸ ਬਗੈਰ ਲੈਟਰ ਦੇ। ਕੰਮ ਜਿਹੜਾ ਨੇ ਜੀ ਥੋੜ੍ਹਾ ਜਿਹਾ ਲੰਮਾ ਹੋ ਗਿਆ ਕਿਉਂਕਿ ਬਾਈ ਹੋਰਾਂ ਦੀਆਂ ਆਪਣੀਆਂ ਨਾਲੀਆਂ ਜਿਹੜੀਆਂ ਨਾ ਉਹ ਵੀ ਥੱਲੇ ਡਿੱਗ ਪਈਆਂ ਨੇ, ਹੁਣ ਉਹ ਪਹਿਲੇ ਚੁੱਕਣਗੇ ਫਿਰ ਥੱਲੇ ਵਾਲੀ ਜਿਹੜੀ ਨਾਲੀ ਪਈ ਹੈ ਨਾ ਉਹ ਚੁੱਕਣਗੇ। ਗੁਰੂ ਬਾਰ ਬਾਰ ਫੋਨ ਆਉਂਦਾ ਪਿਆ ਨਾਸ਼ਤਾ ਕਰ ਜਾ, ਮੈਂ ਨਾਸ਼ਤਾ ਕਰਨ ਵਾਸਤੇ ਜਾ ਰਿਹਾ, ਬਿਲਾਲ ਨੂੰ ਭੇਜਣਾ ਬਾਈ ਹੋਰਾਂ ਦੇ ਕੋਲ ਕਿਉਂਕਿ ਥੋੜ੍ਹਾ ਜਿਹਾ ਪੈਪ ਜਿਹੜਾ ਨਾ ਫੜਨਾ ਪੈਂਦਾ ਨਾ, ਜਦੋਂ ਪੈਪ ਥੱਲੇ ਲਿਜਾਣਾ ਹੋਵੇ ਜਾਂ ਉੱਤੇ ਖਿੱਚਣਾ ਹੋਵੇ ਤਾਂ ਪੈਪ ਖੋਲ ਖੋਲ ਕੇ ਨਾ ਥੱਲੇ ਲਿਜਾਣਾ ਪੈਂਦਾ ਜਾਂ ਉੱਤੇ ਖਿੱਚਣਾ ਪੈਂਦਾ, ਉਹਨੂੰ ਭੇਜਣਾ ਇਹਦੇ ਕੋਲ, ਆਪ ਨਾ ਕਰਨਾ ਨਾਸ਼ਤਾ, ਨਾਸ਼ਤਾ ਕਰਨ ਤੋਂ ਬਾਅਦ ਫਿਰ ਮੈਂ ਆਪ ਆ ਜਾ ਸਾਂ ਤੇ ਬਿਲਾਲ ਚਲਾ ਜਾ ਸੀ। ਨਾਸ਼ਤਾ ਕਰਕੇ ਨਾ ਜੀ ਵਾਪਸ ਆ ਚੁੱਕਿਆ ਹੋਇਆ ਵਾਂ। ਹਾਂ ਵੀ ਇੱਥੇ ਰਹਿਣ ਕਿ ਜਾਣਾ ਹੀ? ਯੈਸ ਆਪ ਕੋ। ਵੇਖ ਲੈ ਜਿਵੇਂ ਤੇਰਾ ਦਿਲ ਹੈ, ਸਹੀ ਹੈ ਤਾਂ ਉੱਥੇ ਬਹਿ ਜਾ ਛਾਂ ਤੇ। ਦੇਖਾਂ 2 ਮਿੰਟ ਅਗਰ ਠੀਕ ਲੱਗਾ ਮੌਸਮ ਤੇ ਬੈਠਾ ਰਹੂੰਗਾ ਵਰਨਾ ਚਲ ਜਾਊਂਗਾ। ਠੀਕ ਹੈ। ਅਸੀਂ ਜਿਹੜਾ ਨੇ ਜੀ ਕੱਢਨੇ ਆ, ਬਾਈ ਹੋਰਾਂ ਨੇ ਆਪਣੀਆਂ ਨਾਲੀਆਂ ਤੇ ਕੱਢ ਲਈਆਂ ਨੇ, ਲੇਕਿਨ ਜਿਹੜੀਆਂ ਸਾਡੀਆਂ ਡਿੱਗੀਆਂ ਹੋਈਆਂ ਨਾ ਉਹ ਹਾਲੇ ਤੀਕਰ ਕੁੰਨ ਨਿਕਲੀਆਂ, ਉਹ ਹੁਣ ਜਿਹੜਾ ਨਾ ਦੁਬਾਰਾ ਕੋਸ਼ਿਸ਼ ਕਰਨੇ ਆ। ਬਾਈ ਸਾਹਿਬ ਉਰੀ ਨਾ ਫਿਰ ਦੁਬਾਰਾ ਘਰ ਗਏ ਨੇ ਜੀ ਕੁਝ ਹੋਰ ਨਾਲੀਆਂ ਲੈਣ ਵਾਸਤੇ, ਕਿਉਂਕਿ ਕੰਮ ਜਿਹੜਾ ਨਾ ਥੋੜ੍ਹਾ ਜਿਹਾ ਜ਼ਿਆਦਾ ਹੀ ਹੋ ਗਿਆ। ਨਾਲੀ ਜਿਹੜੀ ਨਾ ਥੱਲੇ ਵਾਲੀ ਉਹ ਤਾਂ ਆਉਂਦੀ ਨਹੀਂ ਪਈ, ਪਤਾ ਨਹੀਂ ਥੱਲੇ ਜਾਮ ਹੋਈ ਖਲੀ ਹੈ, ਫਸੀ ਖਲੀ ਆ ਜਾਂ ਕੀ ਚੱਕਰ ਹੈ, ਉਹ ਉੱਧਰ ਚਲੇ ਗਏ ਨੇ। ਮੈਂ ਇੱਥੇ ਜਿਹੜਾ ਨਾ ਜੀ ਟਾਲੀ ਦੇ ਹੇਠ ਮੋਟਰਸਾਈਕਲ ਖੜਾ ਕਰਕੇ ਅਤੇ ਸਕੂਨ ਨਾਲ ਜਿਹੜਾ ਨਾ ਮੋਟਰਸਾਈਕਲ ਦੇ ਉੱਤੇ ਲੰਮਾ ਪਿਆ ਹੋਇਆ ਇੰਤਜ਼ਾਰ ਕਰਦਾ ਪਿਆ ਕਿ ਬਾਈ ਉਰੀ ਆਉਂਦੇ ਨੇ ਅਤੇ ਫਿਰ ਜਿਹੜਾ ਨਾ ਬੋਰ ਦਾ ਕੰਮ ਕਰਨੇ ਆ। ਅੱਜ ਦੇ ਵਿੱਚ ਉਹਨੂੰ ਬਿਲਕੁਲ ਰੈਡੀ ਕਰ ਲੈਣਾ ਵਾ। ਤਕਰੀਬਨ 1 ਘੰਟੇ ਤੋਂ ਬਾਅਦ ਬਾਈ ਉਰੀ ਜਿਹੜੇ ਨਾ ਜੀ ਵਾਪਸ ਆ ਗਏ ਹੋਏ ਨੇ ਔਰ ਨਵੇਂ ਜਿਹੜੇ ਨਾ ਉਹ ਪੈਪ ਲੈ ਕੇ ਆਏ ਨੇ, ਨਵੀਆਂ ਨਾਲੀਆਂ ਲੈ ਕੇ ਆਏ ਨੇ ਅਤੇ ਉਹ ਨਵੀਆਂ ਨਾਲੀਆਂ ਨਾਲ ਹੁਣ ਜਿਹੜਾ ਨਾ ਜੀ ਥੱਲੋ ਨਾਲੀ ਚੁੱਕਾਂਗੇ, ਹੱਲਾ ਕਰੇ ਹੁਣ ਜਿਹੜੇ ਨਾ ਅਸੀਂ ਚੁੱਕ ਲਈਏ। ਹਾਂਜੀ ਲੈ ਆਉਂਦਾ ਮਾਲ, ਸ਼ੁਰੂ ਕਰੀਏ। ਮਿਸ਼ਨ ਅਲਹਮਦੁਲਿਲਾ ਪੋਸੀਬਲ ਹੋ ਗਿਆ ਜੀ, ਨਾਲੀ ਜਿਹੜੀ ਹੈ ਨਾ ਸਾਡੀ ਨਿਕਲ ਆਈ ਹੈ ਬਾਹਰ, ਹੁਣ ਜਿਹੜਾ ਨਾ ਉਹਦੀ ਬਾਕੀ ਸੈਟਿੰਗ ਵੈਟਿੰਗ ਜਿਹੜੀ ਨਾ ਸਾਰੀ ਕਰਨੇ, ਹੁਣ ਜੋੜ ਛੋੜ ਲਾ ਕੇ ਨਾ ਦੁਬਾਰਾ ਫਿਰ ਥੱਲੇ ਵੇਚ ਕੇ ਅਤੇ ਉਸ ਤੋਂ ਬਾਅਦ ਫਿਰ ਪੰਪ ਜਿਹੜਾ ਨਾ ਉਹਨੂੰ ਰਮਾ ਸ਼ਮਾ ਕਰਕੇ ਚਲਾ ਕੇ ਚੈੱਕ ਕਰਕੇ ਅਤੇ ਫਿਰ ਜਿਹੜਾ ਨਾ ਇਹਦੀ ਜਾਨ ਉਹਨੂੰ ਛੱਡਾਂਗੇ। ਹੁਣ ਬਾਈ ਜਾਨ ਇਹਦਾ ਕੋਈ ਨਾ ਵੇਖਿਆ ਜੇ ਵੀ ਦੁਬਾਰਾ ਯਾਰ ਅਗਰ ਕੋਈ 8 ਦਿਨ ਨਾ ਵੀ ਪੰਪ ਚਲਾਵੀਏ ਨਾ ਤਾਂ ਇਹਨੂੰ ਮਸਲਾ ਨਾ ਬਣੇ ਯਾਰ, ਇਹ ਜਦੋਂ ਲਗਾਤਾਰ ਕੋਈ 8-10 ਦਿਨ ਪੰਪ ਨਾ ਨਾ ਚੱਲੇ ਫਿਰ ਇਹ ਮਸਲਾ ਬਣਦਾ, ਪੰਪ ਜਾਮ ਹੋ ਜਾਂਦਾ ਅਤੇ ਬਾਅਦ ਔਕਾਤ ਨਾ ਅੱਗੇ ਪਿੱਛੇ ਵੀ ਜਿਵੇਂ ਹੁਣ ਥੋੜ੍ਹੀ ਜਿਹੀ ਧੁੱਪ ਠੱਡੀ ਹੈ ਨਾ ਇਹਨੂੰ ਇਸ ਤਰ੍ਹਾਂ ਹੀ ਥੋੜ੍ਹਾ ਜਿਹਾ ਨਾ ਜਿਵੇਂ ਚੁਕਾਉਣਾ ਪੈਂਦਾ ਪਾਣਾ। ਵਾਲ ਬੰਦ ਜਾਂਦਾ, ਖਿੱਚਦਾ ਨਹੀਂ ਪਿਆ ਪੰਪ ਦਾ। ਫਾਈਨਲੀ ਜੀ ਬਾਈ ਹੋਰਾਂ ਨੇ ਨਾ ਰੱਸੀ ਨਾਲ ਬੰਨ੍ਹ ਦਿੱਤੀ ਹੈ, ਪੈਪ ਜਿਹੜਾ ਨਾ ਥੱਲੇ ਨਹੀਂ ਜਾਏਗਾ, ਹੁਣ ਡਿੱਗੇਗਾ ਨਹੀਂ ਕਿਉਂਕਿ ਰੱਸੀ ਨਾਲ ਬੰਨਿਆ ਹੋਇਆ। ਉੱਧਰ ਹੈ ਜਿਹੜਾ ਵਾਲ ਹੈ ਨਾ, ਇਹਨੂੰ ਕੀ ਕਹਿੰਦੇ ਨੇ, ਕਿਹੜਾ ਵਾਲ ਹੈ? ਨਹੀਂ ਇਹਦਾ ਨਾਮ ਵੈਸੇ ਕੀ ਦੂਸਰਾ ਤਾਂ ਇੰਜੈਕਟਰ ਵਾਲ ਹੁੰਦਾ ਜਿਹੜਾ ਬਿਜਲੀ ਵਾਲੇ ਪੰਪ 'ਚ ਲੱਗਦਾ, ਇਹਨੂੰ ਕੀ ਸੱਦੇ ਨੇ? ਸਿੰਘ ਸੇਮ ਸੇਮ ਵਾਲ ਸੇਮ ਵਾਲ ਜਿਹੜਾ ਨੇ ਜੀ ਇਹਨੂੰ ਖੋਲ੍ਹ ਕੇ ਅਤੇ ਇਹਦੀ ਸੈਟਿੰਗ ਸੂਟਿੰਗ ਕਰਕੇ ਉਸ ਤੋਂ ਬਾਅਦ ਫਿਰ ਪੰਪ ਦੀ ਸੈਟਿੰਗ ਸੂਟਿੰਗ ਕਰਕੇ ਨਾ ਚੈੱਕ ਕਰਨੇ ਆ ਕੀ ਹਿਸਾਬ ਕਿਤਾਬ ਲੱਗਦਾ। ਪੰਪ ਜਿਹੜਾ ਨੇ ਜੀ ਉਸ ਜਗ੍ਹਾ ਤੋਂ ਖੋਲ੍ਹ ਕੇ ਨਾ ਅਸੀਂ ਇੱਥੇ ਸਾਏ 'ਤੇ ਆ ਗਏ ਹਾਂ ਇੱਥੇ ਪੰਪ ਨੂੰ ਖੋਲ੍ਹ ਕੇ ਸਾਰੇ ਨੂੰ ਔਰ ਇਹਨੂੰ ਵਿੱਚੋਂ ਜਿਹੜਾ ਨਾ ਰਵਾਂ ਕੀਤਾ ਵਾ, ਥੋੜ੍ਹਾ ਜਿਹਾ ਆਇਲ ਸ਼ੈਲ ਲਾਇਆ ਇਹਦੇ ਵਿੱਚ ਜੀ। ਹੁਣ ਇੱਕ ਵਾਰੀ ਰਵਾਂ ਤਾਂ ਹੋ ਗਿਆ, ਦੁਬਾਰਾ ਜਾ ਕੇ ਇਹਨਾਂ ਚਲਾ ਕੇ ਇਹਨੂੰ ਚੈੱਕ ਕਰਾਂਗੇ, ਅਗਰ ਬਿਲਕੁਲ ਸਹੀ ਚੱਲਦਾ ਹੋਇਆ ਨਾ ਤਾਂ ਫਿਰ ਇਹਨੂੰ ਵਿੱਚ ਫਿੱਟ ਕਰਾਂਗੇ, ਅਗਰ ਥੋੜ੍ਹੀ ਬਹੁਤ ਇਹਨੇ ਕੋਈ ਖਰਾਬੀ ਖਰੂਬੀ ਜਿਹੜੀ ਇਹਨਾਂ ਉਹ ਵਿਖਾਈ ਤਾਂ ਫਿਰ ਦੁਬਾਰਾ ਇਹਦੀ ਜਿਹੜੀ ਨਾ ਅੱਛੇ ਤਰੀਕੇ ਨਾਲ ਓਵਰ ਆਇਲਿੰਗ ਕਰਕੇ ਦੁਬਾਰਾ ਫਿੱਟ ਕਰਾਂਗੇ। ਫਾਈਨਲੀ ਜਿਹੜਾ ਨਾ ਜੀ ਉਧਰੋਂ ਸਹੀ ਸੂ ਕਰਕੇ ਲੈ ਆਇਆ, ਲੈ ਕਰੇ ਹੁਣ ਜਿਹੜਾ ਨਾ ਚੱਲ ਪਵੇ। ਭਾਈ ਉਹਦੀ ਤਾਰਾਂ ਲਾਉਂਦੇ ਤਾਂ ਪਏ ਨੇ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ ਹਾਂਜੀ ਓਕੇ ਹੋ ਗਿਆ।
ਹੁਣ ਨਹੀਂ ਫਸਦਾ ਪਿਆ। ਲੇਕਿਨ ਇਹ ਵਿੱਚ ਖੜਾ 10 ਦਿਨ ਖੜਾ ਰਵੇ ਨਾ ਤੇ ਫਿਰ ਮਸਲਾ ਬਣ ਜਾਂਦਾ। ਕੀ ਰੋਲਾ? ਕੋਈ ਨਹੀਂ, ਤੁਸੀਂ ਮਾੜਾ ਜਿਹਾ ਝਟਕਾ ਲਵਾ ਦਿੱਤਾ। ਝਟਕਾ ਕਿਵੇਂ? ਚਲਾ ਦਿੱਤਾ ਕੋਈ, 5 ਮਿੰਟ ਚਲਾ ਦਿੱਤਾ ਕੋਈ। ਸਹੀ ਹੋ ਗਿਆ ਜੀ। ਉਹ ਇਸ ਵੇਲੇ ਸੋਲਰ ਪੈਨਲ ਲਿਆਣੇ ਪੈਂਦੇ ਨਾ ਇੱਥੇ, ਇੰਨਾ ਦੂਰ ਰੇਡੀਓ ਜੀ ਚੀਜ਼ ਹੈਗੀ ਤੇ ਬੜੀ ਨਾਜ਼ੁਕ ਜੀ ਨਾ ਬਣਾਈ ਹੋਈ। ਅੱਗੋਂ ਪ੍ਰੈਸ਼ਰ ਚੈੱਕ ਕਰ ਲਾਗਾ ਇਧਰੋਂ, ਪ੍ਰੈਸ਼ਰ ਬਿਹਤਰੀਨ। ਪਾਣੀ ਬਾਲਟੀ ਹੁੰਦੀ ਦੋਨੋਂ ਚੈੱਕ ਕਰਾ ਦੇਣੇ ਸੀ। ਪਾਣੀ ਵਾਲੀ ਬਾਲਟੀ ਜਿਹੜੀ ਇਹਨੇ ਜੇ ਇਧਰੋਂ ਭਰਨ ਚੱਲਾ ਵਾ, ਮੈਂ ਕਿਹਾ ਬਾਹਰ ਇਹਨੂੰ ਚੈੱਕ ਕਰ ਲਵੀ ਇਹਦਾ ਪ੍ਰੈਸ਼ਰ ਪ੍ਰੂਸ਼ਰ ਜਿਹੜਾ ਨਾ ਕਿੰਨਾ। ਲੇਕਿਨ ਇੱਥੋਂ ਜਿਹੜਾ ਨਾ ਬਾਲਟੀ ਤਾਂ ਲੰਘਣੀ ਨਹੀਂ, ਕਿੱਧਰ ਲਿਆ ਕੇ ਆਵਾਂਗਾ ਮੈਂ ਬਾਲਟੀ? ਇੱਥੋਂ ਲੰਘਾਉਣੀ ਪੈ ਗਈ ਮੈਨੂੰ ਇੱਥੋਂ। ਚਲੋ ਕੋਸ਼ਿਸ਼ ਕਰਨੇ ਆ, ਔਖੀ ਗੱਲ ਹੈ। ਪਾਣੀ ਦੀ ਬਾਲਟੀ ਜਿਹੜੀ ਇਹਨੇ ਜੀ ਮੈਂ ਭਰ ਲਈ ਹੈ, ਲੇਕਿਨ ਇੱਥੋਂ ਮੇਰੇ ਇਕੱਲੇ ਕੋਲੋਂ ਨਹੀਂ ਲੰਘਣੀ। ਬਾਹਰ ਨੂੰ ਆਵਾਜ਼ ਦਿੰਦੇ ਹਾਂ ਵੀ ਅੱਗੋਂ ਆ ਕੇ ਨਾ ਬਾਲਟੀ ਪਾਣੀ ਦੀ ਫੜ ਲੈਣ। ਪਾਣੀ ਵਾਲੀ ਬਾਲਟੀ ਲੈ ਕੇ ਜਾ ਰਿਹਾ ਤਾਂ ਇੱਧਰੋਂ ਮੈਂ ਵੀ ਫਸ ਗਿਆ ਜੀ। ਜਗ੍ਹਾ ਥੋੜ੍ਹੀ ਹੈ ਨਾ, ਬਾਲਟੀ ਲੰਘ ਨਹੀਂ ਸੀ ਸਕਦੀ। ਬਾਈ ਉਹਨਾਂ ਨੂੰ ਫਿਰ ਕਿਹਾ ਬਾਲਟੀ ਫੜ ਕੇ ਲੈ ਜਾਓ। ਬਾਲਟੀ ਦੇ ਵਿੱਚ ਜਿਹੜਾ ਨਾ ਜੀ ਪੰਪ ਰੱਖ ਕੇ ਨਾ ਦਿੰਦੀ, ਹੁਣ ਤਾਰਾਂ ਲਾ ਕੇ ਚੈੱਕ ਕਰਨੇ ਆ ਕਿ ਇਹ ਜਿਹੜਾ ਨਾ ਕਿੰਨਾ ਕੁ ਪ੍ਰੈਸ਼ਰ ਵਗੈਰਾ ਜਿਹੜਾ ਨਾ ਦਿੰਦਾ, ਔਰ ਇਹ ਕਿੰਨਾ ਕੁ ਰਵਾਂ ਹੋਇਆ। ਮੈਂ ਅੱਗੋਂ ਹਟ ਜਾਵਾਂ। ਜ਼ਬਰਦਸਤ ਹੋ ਗਿਆ ਜੀ, ਫਿਰ ਚਲਾਓ। ਇੱਕ ਵਾਰ ਸਿਰਫ ਇਸ਼ਾਰਾ ਕਰਾ ਦਿਓ ਬਸ, ਚੱਲ ਆ ਜਾਓ। ਫਾਈਨਲੀ ਅਲਹਮਦੁਲਿਲਾ ਜੀ, ਪੰਪ ਸਾਡਾ ਜਿਹੜਾ ਨਾ ਜੀ ਥੱਲੇ ਜਾਂਦਾ ਪਿਆ ਵਾ, ਔਰ ਉਸ ਤੋਂ ਬਾਅਦ ਹੁਣ ਇਹਨੂੰ ਤਾਰਾਂ ਲਾ ਕੇ ਇਹਨਾਂ 'ਤੇ ਚਲਾ ਕੇ ਚੈੱਕ ਕਰਨਾ ਵਾ। ਕੰਮ ਸਾਡੇ ਨਾਲ ਸਾਡਾ ਕੰਪਲੀਟ ਹੋ ਗਿਆ ਅਲਹਮਦੁਲਿਲਾ, ਸ਼ੁਕਰ ਅਲਹਮਦੁਲਿਲਾ। ਔਰ ਤਾਰਾਂ ਛਡਾ ਪਿੱਤਰ, ਪਰਾਂ ਰੱਖ, ਪਰਾਂ ਰੱਖ ਸਿੱਧਾ ਇੱਥੇ ਇੱਥੇ ਕਰਕੇ ਰੱਖ ਸੈਂਟਰ 'ਚ। ਪਾਣੀ ਚੁੱਕਦਾ ਪਿਆ ਹਾਲੇ, ਫਾਈਨਲੀ ਜੀ ਪੰਪ ਸਾਡੇ ਨਾਲ ਅਲਹਮਦੁਲਿਲਾ ਚੱਲ ਗਿਆ ਹੋਇਆ। ਪਰ ਪੌਦਿਆਂ ਨੂੰ ਪਾਣੀ ਜਿਹੜਾ ਨਾ ਲਾਉਣਾ ਸ਼ੁਰੂ ਕਰ ਦਿੰਦੇ ਹਾਂ ਜੀ। ਪਹਿਲੇ ਅੰਦਰ ਵਾਲੇ ਪੌਦੇ ਨੂੰ ਲਾਉਂਦੇ ਹਾਂ ਪਾਣੀ, ਫਿਰ ਬਾਹਰ ਵਾਲਿਆਂ ਨੂੰ, ਔਰ ਉੱਥੇ ਆ ਕੇ ਵੀ ਮਿੱਟੀ ਨੂੰ ਪਾਣੀ ਲਾਵਾਂਗੇ। ਥੋੜ੍ਹੀ ਦੇਰ ਬਾਅਦ ਆ ਕੇ, ਹੁਣ ਥੋੜ੍ਹੀ ਦੇਰ ਘਰ ਜਾ ਕੇ ਨਾ ਸਾਹ ਸੂਹ ਕੱਢ ਕੇ ਉਹਨਾਂ 'ਤੇ ਫਿਰ ਆਵਾਂਗੇ ਦੁਬਾਰਾ। ਸੁਬਾਹ ਦੇ ਗਰਮੀ 'ਚ ਖੜ੍ਹੇ ਹਾਂ ਨਾ, ਬਿਲਕੁਲ ਵੀ ਹਾਲਤ ਜਿਹੜੀ ਹੈ ਨਾ ਉਹ ਖਰਾਬ ਹੋਈ ਖਲੋਤੀ ਹੈ। ਬਾਈ ਉਰੇ ਜਾ ਰਹੇ ਨੇ ਜੀ ਪੰਪ ਚਲਾ ਕੇ, ਔਰ ਪੰਪ ਜਿਹੜਾ ਨਾ ਜੀ ਉਹ ਅਸੀਂ ਚਲਾ ਦਿੱਤਾ ਵਾ, ਸੋਲਰ ਜਿਹੜਾ ਨਾ ਸਿੱਧਾ ਕਰ ਦਿੱਤਾ ਸੂਰਜ ਵੱਲ। ਪੰਪ ਇਹ ਜਿਹੜਾ ਨਾ ਜੀ ਅੰਦਰ ਵਾਲੀ ਕਿਆਰੀ ਨੂੰ ਚੱਲਦਾ ਪਿਆ। ਫਿਲਹਾਲ ਅਸੀਂ ਹੁਣ ਚੱਲੇ ਹਾਂ ਜੀ ਘਰ ਇੱਕ ਵਾਰੀ, ਚੱਲ ਕੇ ਨਾ ਕੋਈ ਘੰਟਾ ਡੇਢ ਰੈਸਟ ਕਰਨੇ ਹਾਂ। ਜਿਸਮਾਨੀ ਹਰਾਰਤ ਜਿਹੜੀ ਹੈ ਨਾ ਜਦੋਂ ਆਪਣੇ ਨਾਰਮਲ ਆ ਜਾਏਗੀ ਨਾ, ਉਸ ਤੋਂ ਬਾਅਦ ਫਿਰ ਨਿਕਲਾਂਗੇ ਬਾਹਰ, ਉਹ ਫਿਰ ਕਈ ਸੀ ਲਿਆ ਕੇ ਨਾ ਥੋੜ੍ਹਾ ਜਿਹਾ ਪਿੱਛੇ ਕੰਮ ਸ਼ੰਮ ਕਰਾਂਗੇ। 3 hours later ਅਲਹਮਦੁਲਿਲਾ ਜੀ, ਮਿੱਟੀ ਜਿਹੜੀ ਹੈ ਨਾ ਉਹ ਵੀ ਸਾਡੀ ਰੈਡੀ ਹੋ ਗਈ ਹੈ, ਔਰ ਪਾਣੀ ਵੀ ਸਾਡਾ ਅਲਹਮਦੁਲਿਲਾ ਆ ਗਿਆ। ਪੰਪ ਅਲਹਮਦੁਲਿਲਾ ਚੱਲ ਗਿਆ ਸੀ, ਹੁਣ ਜਿਹੜਾ ਨਾ ਜੀ ਅਸੀਂ ਇਹਨੂੰ ਨਾਲ ਨਾਲ ਬਣਾਉਂਦੇ ਰਵਾਂਗੇ ਤਾਂ ਕਿ ਨਾਲ ਨਾਲ ਹੀ ਸਾਡੇ ਜਿਹੜਾ ਨਾ ਕੰਮ ਆ ਜਾਵੇ।
ਅੱਜ ਤੋਂ ਤੁਹਾਡਾ ਵੀਰ ਜਿਹੜਾ ਨਾ ਜੀ ਉਹ ਮਿਹਨਤੀ ਹੋ ਗਿਆ, ਚੈੱਕ ਕਰ ਸਕਦੇ ਹੋ ਹਾਲਤ, ਔਰ ਰੋਜ਼ਾਨਾ ਹੀ ਜਿਹੜਾ ਨਾ ਹੁਣ ਇੱਥੇ ਕੰਮ ਕਰਨਾ ਵਾ ਇਨਸ਼ਾਅੱਲਾ। ਮਿਸ ਨਹੀਂ ਕਰਨਾ ਕਦੀ ਤਬੀਅਤ ਜਵਾਬ ਦਾ ਘਾਟਾ ਹੋਇਆ ਜਾਂ ਫਿਰ ਧੁੱਪ ਨਾ ਸਾਰਾ ਦਿਨ ਨਿਕਲੀ ਤਾਂ ਫਿਰ ਕੰਮ ਜਿਹੜਾ ਨਾ ਨਹੀਂ ਹੋਣਾ, ਅਤੇ ਵੈਸੇ ਰੋਜ਼ਾਨਾ ਹੀ ਆ ਕੇ ਕਰਾਂਗੇ। ਹੁਣ ਥੋੜ੍ਹੀ ਦੇਰ ਵੈਸੇ ਨੇ ਇੱਥੇ ਸਾਹ ਕੱਢਣ ਵਾਸਤੇ ਛਾਂ 'ਤੇ ਆ ਗਿਆ, ਔਰ ਵੈਸੇ ਵੀ ਜਿਹੜਾ ਨਾ ਪਾਣੀ ਹੁਣ ਥੋੜ੍ਹਾ ਥੋੜ੍ਹਾ ਹੋ ਗਿਆ, ਸੋਲਰ ਪਲੇਟ ਜਿਹੜੀ ਹੈ ਨਾ ਉਹ ਥੋੜ੍ਹਾ ਕਰੰਟ ਦਿੰਦੀ ਪਈ ਅਤੇ ਪੰਪ ਹੌਲੀ ਹੌਲੀ ਚੱਲਦਾ ਪਿਆ, ਪਾਣੀ ਥੋੜ੍ਹਾ ਜਿਹਾ ਜਿਹੜਾ ਨਾ ਜੀ ਪੂਰਾ ਹੁੰਦਾ ਨਾ, ਅਤੇ ਮਿੱਟੀ ਉਹਦੇ ਵਿੱਚ ਹੱਲ ਕਰਕੇ ਅਤੇ ਉਹ ਮਿੱਟੀ ਜਿਹੜੀ ਹੈ ਨਾ ਚੜਾ ਕੇ ਉਹਦਾ ਵਾਰ ਪੂਰਾ ਕਰ ਦਿਆਂਗੇ। ਅੱਜ ਸਿਰਫ ਇਤਨਾ ਹੀ ਹੋਏਗਾ, ਇੱਕ ਫੱਟੇ ਦੇ ਬਰਾਬਰ ਹੀ ਵਾਰ ਜਿਹੜਾ ਨਾ ਉਹ ਪੂਰਾ ਹੋਣਾ, ਅਤੇ ਕੱਲ੍ਹ ਫਿਰ ਇਨਸ਼ਾਅੱਲਾ ਜਿਹੜਾ ਨਾ ਇਹਦੇ 'ਤੇ ਜ਼ਿਆਦਾ ਕੰਮ ਹੋ ਜਾਏਗਾ। ਹੁਣ ਇੱਥੇ ਥੋੜ੍ਹੀ ਦੇਰ ਕਰਨੇ ਆ ਜੀ ਰੈਸਟ, ਉਨੀ ਦੇਰ ਪਾਣੀ ਫੁੱਲ ਹੋ ਜਾਏਗਾ, ਸੋਲਰ ਵੀ ਬੰਦ ਹੋ ਜਾਣਾ ਵਾ, ਹੋਰ ਥੋੜ੍ਹਾ ਜਿਹਾ ਸੂਰਜ ਨੀਵਾਂ ਹੋ ਗਿਆ, ਅਤੇ ਬਾਕੀ ਨੂੰ ਤੁਹਾਨੂੰ ਵਿਖਾਉਂਦੇ ਆ ਜਿਹੜਾ ਵਾਰ ਲੱਗਦਾ ਫਿਰ ਐਂਡ 'ਤੇ ਤੁਹਾਨੂੰ ਵਿਖਾਉਂਦੇ ਹਾਂ। ਬਿਲਾਲ ਨੂੰ ਨਾ ਜੀ ਮੈਂ ਇਸ ਕੰਮ ਵਾਸਤੇ ਲਿਆਂਦਾ, ਮੈਂ ਕਿਹਾ ਨਾਲ ਨਾਲ ਜਿਹੜਾ ਨਾ ਲਿਤਾੜ ਵੀ ਕਰੇਗਾ ਔਰ ਨਾਲ ਨਾਲ ਮੇਰਾ ਹੱਥ ਵੀ ਜਿਹੜਾ ਨਾ ਬਟਾਏਗਾ। ਕਾਫੀ ਮਾਸ਼ਾਅੱਲਾ ਨਾਲ ਨਾਲ ਕੰਮ ਕਰਵਾਉਂਦਾ ਪਿਆ, ਕਈ ਦਾ ਵੀ ਕਿਸੇ ਨਾ ਕਿਸੇ ਕਰਦਾ ਵਾ, ਲਿਤਾੜਦਾ ਵੀ ਪਿਆ ਵਾ, ਔਰ ਬਾਕੀ ਸਾਰੇ ਕੰਮ ਵੀ ਨਾਲ ਨਾਲ ਜਿਹੜੇ ਨਾ ਬਰਾਬਰ। ਕੋਈ ਬਾਤ ਨਹੀਂ, ਮੁਸ਼ਕਲ ਹੋਤੀ ਰਹਤੀ ਨਾਲ ਨਾਲ ਨਾ ਜੀ, ਕਈ ਦਾ ਵੀ ਕਰਵਾਉਂਦਾ ਤਾਂ ਬੜੇ ਸ਼ੌਕ ਨਾਲ ਕੰਮ ਕਰਦਾ। ਉਧਰੋਂ ਸਾਹ ਵੀ ਚੜਿਆ ਖਿਲਾ, ਤੂੰ ਸਾਹ ਮੈਨੂੰ ਵੀ ਚੜਿਆ ਖਿਲਾ, ਮੈਂ ਕਈ ਮਾਰਦਾ ਰਿਹਾ ਵਾਂ। ਹੁਣ ਮੈਂ ਕਿਹਾ ਯਾਰ ਜਵਾਨਾ ਥੋੜ੍ਹਾ ਜਿਹਾ ਜਿਹੜਾ ਨਾ ਆਸਰਾ ਕਰਾ, ਪਹਿਲਾ ਦਿਨ ਹੈ ਨਾ ਅਤੇ ਅੱਜ ਬਹੁਤ ਜ਼ਿਆਦਾ ਥਕਾਵਟ ਹੁੰਦੀ ਪਈ ਹੈ, ਬਾਜ਼ੂ ਜਿਹੜੇ ਨਾ ਰੁਕਣਾ ਸ਼ੁਰੂ ਹੋ ਗਏ ਨੇ। ਬਰਾਲ ਨਾਲ ਨਾਲ ਜਿਹੜਾ ਨਾ ਆਸਰਾ ਇਹ ਵੀ ਕਰਵਾਉਂਦਾ ਪਿਆ, ਮੈਂ ਵੀ ਕਰਦਾ ਪਿਆ ਵਾਂ, ਜ਼ਿਆਦਾ ਤਾਂ ਮੈਂ ਹੀ ਕਰਨਾ ਕਿਉਂਕਿ ਇਹਦਾ ਤਾਂ ਹਾਲੇ ਹੋਮਵਰਕ ਵੀ ਕਰਨ ਵਾਲਾ ਇਹਨੇ ਸਕੂਲ ਦਾ, ਹਾਲੇ ਹੋਮਵਰਕ ਵੀ ਬਾਈ ਜੀ ਲਿਖਣਾ। ਅਲਹਮਦੁਲਿਲਾ ਜੀ ਬਸ ਹੋ ਗਈ ਹੈ ਜੀ ਸਾਡੀ ਵੀ, ਔਰ ਪਾਣੀ ਵੀ ਕੋਈ ਨਹੀਂ ਹੈ ਅਤੇ ਇਸ ਵਜ੍ਹਾ ਤੋਂ ਵੀ ਕੰਮ ਜਿਹੜਾ ਨਾ ਰੁਕ ਗਿਆ। ਫਿਲਹਾਲ ਇੰਨਾ ਕੁ ਕੰਮ ਜਿਹੜਾ ਨੇ ਜੀ ਅਸੀਂ ਕਰ ਲਿਆ, ਇਹ ਵਾਲਾ ਜਿਹੜੀ ਹੈ ਨਾ ਜੀ ਦੀਵਾਰ ਦੀ ਥੱਲੇ ਵਾਲੀ ਬੁਨਿਆਦ ਸਾਡੀ ਜਿਹੜੀ ਹੈ ਨਾ ਬਣ ਗਈ, ਔਰ ਕਿੰਨੀ ਬਣ ਗਈ ਹੈ ਤਕਰੀਬਨ 3 ਫੁੱਟ ਤੋਂ ਉੱਤੇ ਜਿਹੜੀ ਹੈ ਨਾ ਜੀ ਇਹ ਬਣਦੀ ਹੈ। ਮੈਂ ਤੁਹਾਨੂੰ ਇੱਧਰ ਰੋਕ ਵਿਖਾਉਂਦਾ, ਚੈੱਕ ਕਰੋ ਨਾ ਜੀ ਜਿੰਨਾ ਫੱਟਾ ਵਾ, ਤਕਰੀਬਨ 3 ਫੁੱਟ ਬਣਦਾ ਵਾ, 3 ਫੁੱਟ ਸਮਝ ਲਓ ਸਾਡੀ ਦੀਵਾਰ। ਅਗਰ ਵੈਸੇ ਅਸੀਂ ਇਹਨੂੰ ਬਣਾਉਂਦੇ ਨਾ ਤਾਂ ਇੰਨੀ ਨਹੀਂ ਸੀ ਬਣਨੀ ਦੀਵਾਰ। ਹੁਣ ਇਹ ਫੱਟਾ ਜਿਹੜਾ ਨੇ ਜੀ ਖੜਾ ਵਾ, ਅਸੀਂ ਇਹਨੂੰ ਸ਼ਾਮ ਕੱਢ ਕੇ ਲੈ ਕੇ ਜਾਵਾਂਗੇ, ਸ਼ਾਮ ਤੋਂ ਪਹਿਲੇ ਨਹੀਂ ਕੱਢਦੇ, ਕਿਉਂਕਿ ਹੁਣੇ ਅਗਰ ਕੱਢਾਂਗੇ ਨਾ ਤਾਂ ਹਾਲੇ ਮਿੱਟੀ ਜਿਹੜੀ ਹੈ ਨਾ ਬਿਲਕੁਲ ਸਿੰਨੀ ਹੋਣੀ ਆ, ਅਤੇ ਹੋ ਸਕਦਾ ਸ਼ਾਇਦ ਡਿੱਗ ਪਵੇ। ਸ਼ਾਮ ਤੀਕਰ ਨਾ ਹੋਰ ਗੰਡਾ ਡੇਢ ਗੁਜ਼ਰ ਜਾਏਗਾ ਨਾ ਤਾਂ ਮਿੱਟੀ ਆਪਸ ਵਿੱਚ ਜੁੜ ਜਾਏਗੀ, ਫਿਰ ਅਸੀਂ ਫੱਟਾ ਕੱਢ ਕੇ ਲੈ ਜਾਵਾਂਗੇ, ਕਿਉਂਕਿ ਫੱਟਾ ਅਸੀਂ ਛੱਡਣਾ ਕੋਈ ਨਹੀਂ ਹੈ, ਫੱਟਾ ਇੱਥੇ ਛੱਡ ਦਿੱਤਾ ਤਾਂ ਸੁਬਾਹ ਫਿਰ ਸਾਨੂੰ ਲੱਭਣਾ ਕੋਈ ਨਹੀਂ। ਬਿਲਾਲ ਇਹ ਫੱਟੇ ਤੋਂ ਇਲਾਵਾ ਬਾਕੀ ਜਿੰਨੀਆਂ ਵੀ ਚੀਜ਼ਾਂ ਨਾ ਉਹਨਾਂ ਸਾਰੀਆਂ ਨੂੰ ਸਮੇਟ ਉੱਧਰ ਲੈ ਕੇ ਚੱਲੀਏ, ਅਤੇ ਉਹ ਟੂਵਲ ਚੱਲਦਾ ਪਿਆ ਉੱਥੇ ਚੱਲ ਕੇ ਨਾਵੀਏ, ਨਾ ਕੇ ਫਿਰ ਚੱਲਣੇ ਆ ਘਰ। ਮੋਟਰਸਾਈਕਲ ਨੂੰ ਲੌਕ ਕਰ ਦਿਓ, ਉੱਥੇ ਲੌਕ ਹੋ ਜਾਏਗਾ, ਮੈਂ ਆਪਣੀ ਚੱਪਲ ਪਾ ਲੈਂਦਾ, ਬਾਕੀ ਚੀਜ਼ਾਂ ਜਿਹੜੀਆਂ ਨਾ ਉਹ ਸਮੇਟ ਲੌਕ ਹੈ ਮੋਟਰਸਾਈਕਲ, ਚਲੋ ਆ ਜਾਓ। ਸਾਡਾ ਨਾ ਜੀ ਮੁਲਕ ਵੀ ਸੁੱਕਿਆ ਖਿਲਾ ਵਾ, ਪਾਣੀ ਅਸੀਂ ਇੱਥੋਂ ਪੀ ਨਹੀਂ ਸਕਦੇ ਸੀ, ਇਸ ਪੰਪ ਦਾ ਪਾਣੀ ਜਿਹੜਾ ਨਾ ਉਹ ਠੀਕ ਨਹੀਂ ਹੈ, ਔਰ ਜਿਹੜਾ ਬਾਹਰ ਟੂਵਲ ਚੱਲਦਾ ਪਿਆ ਨਾ ਇਹਦਾ ਪਾਣੀ ਵੀ ਠੀਕ ਨਹੀਂ ਹੈ। ਪਾਣੀ ਅਸੀਂ ਘਰੋਂ ਹੀ ਜਾ ਕੇ ਪੀਣਾ ਵਾ, ਲੇਕਿਨ ਨਹਾਉਂਦੇ ਹਾਂ ਨਾ ਇੱਕ ਵਾਰੀ ਸਕੂਨ ਹੋ ਜਾਏਗਾ। ਕਾਫੀ ਜ਼ਿਆਦਾ ਗਰਮੀ ਲੱਗਣ ਲੱਗ ਪਈ ਹੈ, ਔਰ ਅੱਜ ਪਹਿਲਾ ਦਿਨ ਸੀ ਨਾ ਅਤੇ ਥਕਾਵਟ ਵੀ ਕਾਫੀ ਜ਼ਿਆਦਾ ਹੋ ਗਈ ਹੈ। ਤੂੰ ਵੀ ਨਾ ਤਿੰਨੇ ਪਿੰਡਾਂ ਜਿਹੜੀਆਂ ਇਹਨਾਂ 'ਚ ਨਾਂਦੀਆਂ ਪਈਆਂ ਨੇ। ਚਲਾ ਜਾ ਚਲੋ ਚੱਲੇ
ਅਲਹਮਦੁਲਿਲਾ ਜੀ, ਨਾ ਕਿ ਬਿਲਕੁਲ ਫਰੈਸ਼ ਹੋ ਗਏ ਔਰ ਤਬੀਅਤ ਇੱਕ ਵਾਰੀ ਨਾ ਬਿਲਕੁਲ ਨਵੀਂ ਨਸਾਦਰੀ ਤਰ੍ਹਾਂ ਹੋ ਗਈ ਆ। ਹੁਣ ਜਿਹੜਾ ਨਾ ਜੀ ਇਹ ਸੋਲਰ ਪਲੇਟਾਂ ਲੈ ਕੇ ਚੱਲਦੇ ਹਾਂ ਘਰ, ਔਰ ਉਸ ਤੋਂ ਬਾਅਦ ਪੈਪ ਵਗੈਰਾ ਔਰ ਬਾਕੀ ਜਿਹੜਾ ਸਮਾਨ ਇੱਥੇ ਰੱਖਿਆ ਉਹ ਸਾਰਾ ਜਿਹੜਾ ਨਾ ਲੈ ਕੇ ਚੱਲਦੇ ਹਾਂ। ਹਾਂ ਬੇ ਬਿਲਾਲ ਨੂੰ ਜਿਹੜਾ ਨਾ ਜੀ ਸੋਲਰ ਪਲੇਟਾਂ ਲੋਡ ਕਰਵਾ ਦਿੱਤੀਆਂ ਨੇ ਮੋਟਰਸਾਈਕਲ 'ਤੇ, ਇਹ ਲੈ ਕੇ ਜਾਂਦਾ ਆਰਾਮ ਆਰਾਮ ਨਾਲ ਬੇਟੇ ਲੈ ਕੇ ਜਾਣੀਆਂ ਨੇ ਅਤੇ ਉੱਥੇ ਆਰਾਮ ਨਾਲ ਰੋਕ ਕੇ ਤਸੱਲੀ ਨਾਲ ਟੇਕ ਲਾ ਕੇ ਫਿਰ ਥੱਲੇ ਉਤਰ ਕੇ ਅਤੇ ਲਾਣੀਆਂ ਨੇ, ਠੀਕ ਹੈ ਨਾ, ਤੋੜ ਨਾ ਦੇਈ। ਹਾਂ ਚਲੋ ਨਿਕਲੋ, ਆਹਿਸਤਾ ਆਹਿਸਤਾ ਜਾਣਾ। ਅੱਜ ਦਾ ਵਲੋਗ ਜਿਹੜਾ ਨਾ ਜੀ ਅੱਛਾ ਲੱਗਾ ਜਾਂ ਬੁਰਾ ਲੱਗਿਆ ਜ਼ਰੂਰ ਕਮੈਂਟ ਕਰਨਾ ਵਾ, ਔਰ ਉਸ ਤੋਂ ਇਲਾਵਾ ਆਪਣੇ ਫੈਮਿਲੀ ਮੈਂਬਰ ਸ਼ੇਅਰ ਵੀ ਕਰਨਾ ਵਾ। ਅਤੇ ਮਿਲਦੇ ਜੀ ਸੁਬਹ ਇੱਕ ਅੱਛੀ ਜੀ ਪਿਆਰੀ ਜੀ ਯੂਨੀਕ ਜੀ ਔਰ ਮਿੱਠੀ ਜੀ ਵੀਡੀਓ ਦੁਬਾਰਾ। ਸਫਦਰ ਹੁਸੈਨ ਔਰ ਉਸਦੀ ਪੂਰੀ ਫੈਮਿਲੀ ਨੂੰ ਤੋਂ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ, ਪੰਡਾ ਬਨ ਬਨ ਪਿਆਰ, ਅੱਲਾ ਹਾਫਿਜ਼। ਅਤੇ ਸੂਰਜ ਵੀ ਜਿਹੜਾ ਨਾ ਜੀ ਬਿਲਕੁਲ ਗਰੂਬ ਹੋਣ ਵਾਲਾ ਵਾ, ਸਨਸੈਟ ਦੇ ਮੰਜ਼ਰ ਵੇਖੋ ਮਾਸ਼ਾਅੱਲਾ ਕਿੱਡੇ ਖੂਬਸੂਰਤ ਨੇ।